ਮੇਰਾ ਆਪਦਾ ਓਪੀਨੀਅਨ ਹੈ ਕਿ ਜੇ 12 ਸਾਲ ਤੋਂ ਥੱਲੇ ਨਾਬਾਲਿਗ ਬੱਚੀ ਦੇ ਨਾਲ ਜ਼ਿਆਦਤੀ ਹੁੰਦੀ ਹੈ ਅਤੇ ਸਜ਼ਾਏ ਮੌਤ ਸੁਣਾਈ ਜਾਂਦੀ ਹੈ ਅਤੇ ਜਿਹੜੇ ਚਿੱਟਾ ਵੇਚਣ ਵਾਲੇ ਹੈ ਇਹਨਾਂ ਦੇ ਖਿਲਾਫ ਸਖ਼ਤ ਕਾਨੂੰਨ ਬਣ ਕੇ ਇਹਨਾਂ ਨੂੰ ਕਿਉਂ ਸਜ਼ਾ ਨਹੀਂ ਦਿੱਤੀ ਜਾਂਦੀ? ਬੰਦੇ ਦੇ ਪੁੱਤ ਬਣ ਜਾਣਗੇ ਸਾਰੇ। ਸਿੰਗਾਪੁਰ ਦੇਖ ਮਿੱਤਰ ਪਿਆਰੇ, ਸਿੰਗਾਪੁਰ ਦੇਖ, ਸਿੰਗਾਪੁਰ ਦੇ ਨਾਲ ਸਾਊਦੀ ਅਰਬ ਦੇਖ, ਕੰਬੋਡੀਆ ਦੇਖ, ਅਮਰੀਕਾ ਦੇਖ, ਕੀ ਸਜ਼ਾ ਹੈ? ਬੰਦਾ ਆਪਦੇ ਘਰਦਿਆਂ ਨੂੰ ਨਹੀਂ ਦੇਖਦਾ। ਸਾਲ ਜਦੋਂ ਜੇਲ੍ਹ 'ਚ ਰਹਿੰਦਾ ਨਾ ਸਿੰਗਾਪੁਰ, ਉਹ ਕਹਿੰਦਾ ਮੌਤ ਦੇ ਦੇ, ਇਹ ਜੇਲ੍ਹ ਨਾ ਦੇ, ਕੀੜੇ ਪਾ ਦਿੰਦੇ ਆ ਸਰੀਰ ਦੇ ਵਿੱਚ। ਜਦ ਤੱਕ ਅਪਰਾਧੀ ਨੂੰ ਅਪਰਾਧ ਦਾ ਭੈ ਨਹੀਂ ਹੋਊਗਾ। ਇਸ ਕਰਕੇ ਮੈਂ ਸਮਝਦਾ ਉਂਗਲਾਂ ਚੱਕਣ ਦਾ ਸਮਾਂ ਨਹੀਂ, ਇਹ ਰਲ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਪਲੈਟਫਾਰਮ 'ਤੇ ਇਕੱਠਿਆਂ ਹੋ ਕੇ ਇਹ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਹੈ। ਹਰ ਬੰਦੇ ਨੂੰ ਇਕੱਠੇ ਹੋ ਕੇ ਇਸ ਲੜਾਈ ਦੇ ਵਿੱਚ ਹਿੱਸਾ ਪਾਉਣ ਦਾ ਸਮਾਂ। ਫਿਰ ਸਿਆਸੀ ਲੋਕਾਂ ਨੇ ਤੇ ਪੁਲਿਸ ਅਫਸਰਾਂ ਬਹੁਤ ਨਸ਼ੇ ਤੋਂ ਮੈਂ ਕਹਿੰਦਾ ਦੇਖ ਮੇਰੀ ਗੱਲ ਨੂੰ ਮੋਗੇ ਦਾ ਐਸਐਸਪੀ ਦਾ ਨਾਮ ਆ ਰਿਹਾ। ਮੈਂ ਕਹਿੰਦਾ ਮੇਰੀ ਗੱਲ ਸੁਣ, ਦੇਖੋ ਨਾਮ ਆਉਣੇ, ਇਹ ਤਹਿਕੀਕਾਤ ਦੇਖੇ, ਇਨਕੁਆਇਰੀਆਂ ਹੁੰਦੀਆਂ ਨੇ, ਸਭ ਕੁਛ ਹੁੰਦਾ, ਲੇਕਿਨ ਬਖਸ਼ਿਆ ਨਹੀਂ ਜਾਣਾ ਚਾਹੀਦਾ ਕੋਈ। ਜਿਹੜਾ ਕਾਨੂੰਨ ਹੈ ਨਾ, ਇਹ ਰਾਜਿਆਂ ਤੋਂ ਵੀ ਉੱਤੇ ਵੇਦ ਲਿਖਦੇ ਆ। ਕਦੇ ਕਦੇ ਥੋੜ੍ਹਾ ਸੌਂਦਾ ਹੈ ਪਰ ਮਰਦਾ ਕਦੇ ਨਹੀਂ। ਕਾਨੂੰਨ ਤੋਂ ਉੱਤੇ ਦੁਨੀਆਂ 'ਚ ਕੋਈ ਨਹੀਂ। ਕੋਈ ਨੈਕਸਸ ਹੋਵੇ ਉਹਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ, ਸਖ਼ਤ ਕਾਨੂੰਨ ਬਣਨੇ ਚਾਹੀਦੇ ਆ। ਅਪਰਾਧ ਕਰਨ ਤੋਂ ਪਹਿਲਾਂ ਲੱਖ ਵਾਰ ਕੁਛ ਸੋਚੇ, ਉਦਾਹਰਣ ਹੋਣੇ ਚਾਹੀਦੇ ਆ। ਜੀ ਵੇਖਣਾ ਦੁਬਈ ਦੇ ਵਿੱਚ ਕੋਈ ਇੱਕ ਜਿਹਦੇ ਕੋਲ ਕੁੜੀ ਲੱਭ ਜੇ ਨਾ, ਕੁੜੀ ਦੱਸਣੀ ਪੈਂਦੀ ਹੈ ਉਹਨੂੰ ਵੀ ਕਿੱਥੋਂ ਆਈ ਹੈ, ਨਹੀਂ ਤਾਂ ਸਾਰੀ ਉਮਰ ਜੇਲ੍ਹ 'ਚ ਸੜਦਾ, ਸਜ਼ਾਏ ਮੌਤ ਸੁਣਾਉਂਦੇ ਆ ਔਰ ਚੁਰਾਹੇ 'ਤੇ ਆ ਕੇ ਲਾ ਲਾਉਂਦੇ ਆ ਤੋਂ। ਇਹ 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 ਉਹਨਾਂ ਥਾਵਾਂ ਦੇ ਉੱਤੇ ਹੈ। ਅੱਜ ਮੈਨੂੰ ਇੱਕ ਗੱਲ ਦੱਸ, ਇੱਕ ਨਾਬਾਲਿਗ ਬੱਚੀ ਦੇ ਨਾਲ ਜਦੋਂ ਜ਼ੁਲਮ ਹੁੰਦਾ ਹੈ ਤਾਂ ਉਹਦਾ ਪਰਿਵਾਰ ਤੜਫਦਾ ਨਹੀਂ? ਮੈਂ ਕਹਿੰਦਾ ਅੱਜ ਪਰਿਵਾਰ ਨਹੀਂ, ਸਮਾਜ ਤੜਫ ਰਿਹਾ। ਇੱਕ ਪਰਿਵਾਰ ਨਹੀਂ, ਇਹ ਸਾਰਾ ਸਮਾਜ ਤੜਫ ਰਿਹਾ। ਔਰ ਇਹ ਕਿਉਂ ਸੋਚਦੇ ਹਾਂ ਆਪਾਂ ਕਿ ਇਹ ਕਿਸੇ ਇੱਕ ਘਰ ਦੀ ਦੇੜੀ ਦੇ ਉੱਤੇ ਦਸਤਕ ਹੈ? ਇਹ ਕਿਸੇ ਦੇ ਘਰ ਦੇ ਵਿੱਚ ਵੀ ਦਸਤਕ ਹੋ ਸਕਦੀ ਹੈ, ਰਾਈਟ? ਰੋਜ਼ ਰੋਜ਼ ਮਰਨ ਨਾਲੋਂ ਮੈਂ ਅੱਜ ਵੀ ਮੈਨੂੰ ਸਰਦਾਰ ਬਘੇਲ ਸਿੰਘ ਬਟਾਲੇ ਮੈਨੂੰ ਮਿਲੇ ਸੀਗੇ, ਉਹ ਆਉਂਦਾ ਚਿੱਟਾ ਸੂਏ ਵਰਗਾ ਰੰਗ, 80 ਸਾਲ ਦੀ ਉਮਰ, ਕਹਿੰਦਾ ਆਕਾ ਸੁਣ ਮੇਰੀ ਗੱਲ, ਕਹਿੰਦਾ ਛੋਟਾ ਜਿਹਾ ਆਇਆ ਤੂੰ, ਕਹਿੰਦਾ ਤੈਨੂੰ ਕਾਕਾ ਕਹਾਂ ਚਾਹੇ ਪੁੱਤ ਕਹਾਂ ਇੱਕੋ ਗੱਲ ਹੈ, ਕਹਿੰਦਾ ਮੈਂ ਕਾਠ ਦੀ ਲੜਾਈ ਲੜੀ ਹੈ, ਮੈਂ ਕੱਤਰ ਦੀ ਲੜਾਈ ਲੜੀ ਹੈ, ਮੈਂ ਚਾਈਨਾ ਦੇ ਖਿਲਾਫ਼ ਲੜਿਆ ਜੰਗਾਂ ਦੇ ਵਿੱਚ, ਛਾਤੀਆਂ ਚੌੜੀਆਂ ਕਰਕੇ ਗੋਲੇ ਤੋਪਾਂ ਗੋਲੀਆਂ ਸਭ ਸਹੀਆਂ ਨੇ, ਮੋਢਿਆਂ 'ਚੋਂ ਗੋਲੀਆਂ ਕੱਢੀਆਂ ਨੇ, ਕਹਿੰਦਾ ਮੁਕੱਦਮੇ ਸਹੀ ਹੈ, ਲੇਕਿਨ ਆਪਦੇ ਪੋਤੇ ਨੂੰ ਮੈਂ ਨਾਲੀ ਦੇ ਵਿੱਚ ਪਿਆ ਨਹੀਂ ਦੇਖ ਸਕਦਾ, ਜ਼ਿਆਦਾ ਦੇਰ ਨਹੀਂ ਜੀਊਂਗਾ। ਇਹ ਤਾਂ ਆਤਮਾ ਦੇ ਉੱਤੇ ਆਘਾਤ ਹੈ। ਹਰ ਪਾਰਟੀ ਨੂੰ ਯਥਾਰਥ ਦੇ ਧਰਾਤਲ ਦੇ ਉੱਤੇ ਖੜ੍ਹਾ ਹੋ ਕੇ ਸੋਚਣਾ ਚਾਹੀਦਾ, ਇਕੱਠਿਆਂ ਹੋ ਕੇ, ਮਜ਼ਬੂਤ ਹੋ ਕੇ, ਚਿੰਤਾਵਾਨ ਹੋ ਕੇ ਇਹ ਜੰਗ ਲੜਨੀ ਚਾਹੀਦੀ। ਸਰ ਕੋਲਿਆਂ ਵਾਲੇ ਦੇ ਖਿਲਾਫ਼ ਤੁਹਾਡੀ ਸਰਕਾਰ ਨੇ ਕੇਸ ਦਰਜ ਕਰਤਾ, ਕਹਿੰਦੇ ਬਹੁਤ ਪ੍ਰੋਪਰਟੀ ਬਣੀ ਹੋਈ। ਦੇਖੋ ਮੇਰੀ ਗੱਲ ਨੂੰ ਸੁਣੋ, ਤੱਥਾਂ ਦੇ ਆਧਾਰ ਦੇ ਉੱਤੇ ਕਿਸੇ ਦੇ ਖਿਲਾਫ਼ ਵੀ ਕੇਸ ਦਰਜ ਹੋ ਸਕਦਾ, ਸਰਕਾਰ ਦੇ ਵਿੱਚ ਜਿਹੜੇ ਬੰਦੇ ਆ ਉਹਨਾਂ 'ਤੇ ਵੀ ਕੇਸ ਦਰਜ ਹੋ ਸਕਦਾ। ਮੈਂ ਤਾਂ ਹਮੇਸ਼ਾ ਕਹਿੰਦਾ ਕਿ ਕਾਨੂੰਨੀ ਕਾਰਵਾਈ ਅਗਰ ਤੱਥਾਂ ਦੇ ਆਧਾਰ ਦੇ ਉੱਤੇ ਹੋਈ ਹੈ ਤਾਂ ਹੋਣੀ ਚਾਹੀਦੀ। ਸਿੱਧੂ ਸਰ, ਜਸਟਿਸ ਰਣਜੀਤ ਕਮਿਸ਼ਨ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਜਿਹੜੀ ਅੰਤਰੀ ਰਿਪੋਰਟ ਦੇ ਦਿੱਤੀ, ਉਹ 'ਚ ਬਹਿਬਲ ਕਲਾਂ ਗੋਲੀਕਾਂਡ ਦੀ ਰਿਪੋਰਟ ਵੀ ਹੈ, ਪਰ ਸਵਾਲ ਫਿਰ ਚੁੱਕੇ ਜਾਂਦੇ ਨੇ ਕਿ ਇਸ ਰਿਪੋਰਟ ਬੇਸ਼ੱਕ ਆ ਗਈ ਕੀ ਹੈ, ਅਤੇ ਸਰਕਾਰ ਤੁਰੰਤ ਬਣਦੀ ਕਾਰਵਾਈ ਕਰੇਗੀ, ਜਿਹੜੇ ਆਰੋਪੀ ਪੁਲਿਸ ਅਫਸਰ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇਗੀ, ਜਨਤਕ ਰਿਪੋਰਟ ਕਰੇਗੀ ਸਰਕਾਰ? ਦੇਖੋ ਗੱਲ ਨੂੰ ਇਹ ਸਮਝ ਲਓ ਕਿ ਜਦ ਤੱਕ ਬੰਦੇ ਦੇ ਤੱਥ ਨਾ ਪੂਰੇ ਉਂਗਲਾਂ 'ਤੇ ਨਾ ਹੋਣ, ਉਹਨੂੰ ਕਿਸੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਮੈਂ ਸਮਝਦਾ ਕਿ ਚੀਫ ਮਿਨਿਸਟਰ ਸਾਹਿਬ ਨੇ ਇਹਦੇ ਉੱਤੇ ਪੂਰੇ ਬਿਆਨ ਦਿੱਤੇ, ਤੁਸੀਂ ਉਹਨਾਂ ਦੇ ਬਿਆਨਾਂ ਦੇ ਨਾਲ ਸੀ ਵੀ ਖੜ੍ਹੇ, ਲੇਕਿਨ ਜਦ ਤੱਕ ਮੈਂ ਤੱਥਾਂ ਦੇ ਉੱਤੇ ਪੂਰੀ ਤਰ੍ਹਾਂ ਇਨਕੁਆਇਰੀ ਨੂੰ ਦੇਖ ਨਹੀਂ ਲੈਂਦਾ, ਮੈਂ ਇਸ ਗੱਲ ਦੇ ਉੱਤੇ ਕਮੈਂਟ ਨਹੀਂ ਕਰ ਸਕਦਾ। ਸਰ ਆਖਰੀ ਸਵਾਲ, ਜੀ ਐਸ